ਨਮਸਕਾਰ ਖਬਰਾਂ ਦੇ ਇਸ ਫੁਲਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਤਰਨਜੀਤ ਕੌਰ ਪਹਿਲਾਂ ਪੇਸ਼ ਨਹੀਂ ਛੋਣੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੈਮੀਕਾਨ ਇੰਡੀਆ 2023 ਸਿਮੇਲਨ ਦਾ ਉਦਘਾਟਨ ਵਿਸ਼ਵ ਦੇ ਨਿਜੀ ਉਦਮੀਆਂ ਨੂੰ ਭਾਰਤ ਦੀ ਸੈਮੀਕੰਡਕਟਰ ਸਨਤ ਵਿੱਚ ਨਿਵੇਸ਼ ਤੇ ਸਹੀ ਮੌਕਿਆਂ ਦਾ ਫਾਇਦਾ ਉਠਾਉਣ ਦਾ ਦਿੱਤਾ ਸੱਦਾ ਸੰਸਦ ਵਿਧਾਂ ਸਦਨਾ ਦੀ ਬੈਠਕ ਸੋਮਵਾਰ ਸਵੇਰੇ 11 ਵਜੇ ਤੱਕ ਲਈ ਮੁਲਤਵੀ ਲੋਕ ਸਭਾ ਨੇ ਸ਼ੋਸ਼ਰਾਵੇ ਵਿਚਾਲੇ ਕਈ ਬਿੱਲਾਂ ਨੂੰ ਦਿੱਤੀ ਪ੍ਰਵਾਨਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 12710 ਠੇਕਾਦਾਰੀ ਅਧਿਆਪਕਾਂ ਨੂੰ ਰੈਗੂਲਰ ਨਿਯੁਕਤੀ ਪੱਤਰ ਸੌਂਪੇ ਤੇ ਹੁਣ ਤੱਕ 369000 ਸ਼ਰਦਾਲਵਾ ਨੇ ਸ਼੍ਰੀ ਅਮਰਨਾਥ ਗੁਫਾ ਦੇ ਦਰਸ਼ਨ ਕੀਤੇ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਵਿਸ਼ਵ ਵਿੱਚ ਸੈਮੀਕੰਡਕਟਰ ਸੰਨਤ ਲਈ ਇੱਕ ਸ਼ਕਤ ਊਰਜਾ ਪ੍ਰਵਾਹਕ ਦੇ ਰੂਪ ਵਿੱਚ ਉਭਰਿਆ ਹੈ ਅੱਜ ਗੁਜਰਾਤ ਦੇ ਗਾਂਧੀਨਗਰ ਵਿੱਚ ਸੈਮੀਕੋਰਨ ਇੰਡੀਆ 2023 ਮਿਲਨ ਦਾ ਉਦਘਾਟਨ ਕਰ ਦਿਆ ਉਹਨਾਂ ਨੇ ਵਿਸ਼ਵ ਦੇ ਨਿੱਜੀ ਉਦਮੀਆਂ ਨੂੰ ਭਾਰਤ ਦੀ ਸੈਮੀਕੰਡਕਟਰ ਸੰਨਤ ਵਿੱਚ ਨਿਵੇਸ਼ ਤੇ ਸਹੀ ਮੌਕਿਆਂ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ ਚੌਥੀ ਸੰਤੀ ਕ੍ਰਾਂਤੀ ਦੀ ਬੁਨਿਆਦ ਨੂੰ ਭਾਰਤ ਦੀਆਂ ਇੱਛਾਵਾਂ ਨਾਲ ਜੁੜਿਆ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਟਿਕਾਊ ਉੱਤਰਦਾਇ ਸੁਧਾਰ ਦੇ ਲਈ ਤੱਕ ਪਰ ਸਰਕਾਰ ਵਿਸਤ੍ਰਿਤ ਬੁਨਿਆਦੀ ਢਾਂਚਾ ਤੇ ਸੰਤੀ ਵਿਕਾਸ ਅਤੇ ਵਿਆਪਕ ਮਹਾਰਤਾ ਨੇ ਕਰੋਨਾ ਮਹਾਮਾਰੀ ਤੋਂ ਬਾਅਦ ਭਾਰਤ ਨੂੰ ਆਲਮੀ ਪੂਰਤੀ ਲੜੀ ਵਿੱਚ ਇੱਕ ਭਰੋਸੇਯੋਗ ਸਾਂਝੇਦਾਰ ਬਣਾਇਆ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੇਸ਼ ਵਿੱਚ ਸੈਮੀ ਕੰਡਕਟਰ ਨਿਰਮਾਣ ਸਨਤ ਲਗਾਉਣ ਵਾਲਿਆਂ ਨੂੰ 50% ਵਿੱਤੀ ਸਹਾਇਤਾ ਦੇ ਰਹੀ ਹੈ 2014 से पहले भारत में सिर्फ दो मोबाइल मैन्युफैक्चरिंग यूनिट थे आज इनकी संख्या बढ़कर 200 से ज्यादा हो चुकी है अगर ब्रॉडबैंड कनेक्टिविटी बात करें तो 2014 में भारत में छह करोड़ यूजर से आज उनकी संख्या भी लगभग बढ़कर के ज्यादा हो चुकी है उन्होंने इस मौके लगाई गई सैमी कंडक्टर संबंधित प्रदर्शनी का भी तो दौरा किया प्रबंधकडक्टर निर्माण और उन्होंने उपयोग बारे जानकारी हासिल की थी। ਸੰਸਦ ਦੀ ਦੋਹਾਂ ਸਦਨਾਂ ਦੀ ਕਾਰਵਾਈ ਵਿੱਚ ਆਜ਼ਵੀ ਮਨੀਪੁਰ ਹਿੰਸਾ ਨੂੰ ਲੈ ਕੇ ਵਿਗਨ ਜਾਰੀ ਰਿਹਾ ਅਤੇ ਆਖਿਰ ਦੋਹਾਂ ਸਦਨਾਂ ਦੀ ਕਾਰਵਾਈ ਮੁਲਤਵੀ ਕਰਨੀ ਪਈ ਸ਼ਨੀਵਾਰ ਤੇ ਐਤਵਾਰ ਦੀ ਛੁੱਟੀ ਹੋਣ ਵਜੋਂ ਹੁਣ ਦੋਹਾਂ ਸਦਨਾਂ ਦੀ ਕਾਰਵਾਈ ਸੋਮਵਾਰ ਸਵੇਰੇ 11 ਵਜੇ ਸ਼ੁਰੂ ਹੋਵੇਗੀ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਪ੍ਰਸ਼ਨ ਕਾਲ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਪਰ ਹੰਗਾਮੇ ਕਾਰਨ ਕਾਰਵਾਈ ਨੂੰ ਰੋਕਣਾ ਪਿਆ ਕਾਂਗਰਸ ਦੇ ਅਧੀਰ ਰੰਜਨ ਚੌਧਰੀ ਨੇ ਪਾਰਟੀ ਵੱਲੋਂ ਪੇਸ਼ ਕੀਤੇ ਬੇਪਰੋਸ ਕੀਮਤੇ ਤੇ ਵਿਵਸਥਾ ਦੇਣ ਦੀ ਅਪੀਲ ਕੀਤੀ। ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਨਿਯਮ ਅਨੁਸਾਰ ਅਜਿਹਾ ਮਤਾ ਸਵੀਕਾਰ ਕੀਤੇ ਜਾਣ ਦੇ 10 ਦਿਨ ਮਗਰੋਂ ਚਰਚਾ ਲਈ ਲਿਆ ਜਾ ਸਕਦਾ ਹੈ। ਸਪੀਕਰ ਵੱਲੋਂ ਮੈਂਬਰਾਂ ਨੂੰ ਸਦਨ ਦੀ ਕਾਰਵਾਈ ਚੱਲਣ ਦੇਣ ਦੀ ਅਪੀਲ ਕੀਤੀ ਗਈ ਪਰ ਹੰਗਾਮਾ ਜਾਰੀ ਰਿਹਾ ਤੇ ਕੁਝ ਦੇਰ ਲਈ ਕਾਰਵਾਈ ਰੋਕ ਦਿੱਤੀ ਗਈ। ਮੁਰ ਕਾਰਵਾਈ ਸ਼ੁਰੂ ਹੋਣ ਤੇ ਸ਼ੋਸ਼ਰਾਬੇ ਦੌਰਾਨ ਕੁਝ ਵਿਧਾਨਕ ਕਾਰਜ ਨਿਪਟਾਈ ਗਏ ਤੇ ਹੰਗਾਮਾ ਨਾ ਰੁਕਣ ਤੇ ਸਪੀਕਰ ਓਮ ਬੇਲਾ ਨੇ ਸਦਨ ਦੀ ਕਾਰਵਾਈ ਨੂੰ ਦਿਨ ਪਾਰ ਲਈ ਮੁਲਤਵੀ ਕੀਤੇ ਜਾਣ ਦਾ ਐਲਾਨ ਕੀਤਾ ਉਦਰਾਸਭਾ ਵਿੱਚ ਵਿਰੋਧੀ ਧਿਰ ਦੇ ਮੈਂਬਰਾਂ ਨੇ ਮਣੀਪੁਰ ਦੀ ਸਥਿਤੀ ਤੇ ਚਰਚਾ ਕਰਨ ਲਈ ਕਾਰਵਾਈ ਨੂੰ ਮੁਲਤਵੀ ਕਰਨ ਦਾ ਨੋਟਿਸ ਦਿੱਤਾ ਜਿਸ ਮਗਰੋਂ ਰੋਲੇ ਰੱਪੇ ਕਾਰਨ ਸਭਾਪਤੀ ਜਗਦੀਪ ਤਨਖੜ ਨੇ ਸਦਨ ਦੀ ਕਾਰਵਾਈ ਦਿਨ ਪਾਰ ਲਈ ਮੁਲਤਵੀ ਕਰ ਦਿੱਤੀ इस दौरान पार्लीमानी बारे मंत्री प्रहलाद जोशी ने संसदीय कार्रवाई में उड़ीका पाने लिये विरोधी धिर की सख्त आलोचना की थी संसद के बाहर पत्रकार गलबात दौरान उन्होंने कहा कि जो विरोधी धिर को बहुमत है तो सरकार वालों पेश बिलों को पास होने रोके उन्होंने कहा कि विरोधी धिर ना तो चर्चा में हिस्सा लेंदा है ना ही बिल पास होने सहयोग करता है ओ, उनके पास बहुमत है तो और हाँ उनके पास संख्या है तो बिल निरस्त करने दो तब इसका जो हमारा अविश्वास का जरूरत ही नहीं पड़ता है तो बिल वो शांति से चरने के लिए कोऑपरेट नहीं करते हैं हम ये जो भी उनका कंस्ट्रक्टिव सुझाव है हम सुझाव है हम लेने के लिए तैयार है लेकिन बीच में ऑल ऑफ ए सडन नो कॉन्फिडेंस लाए इसलिए कुछ हमारा सरकारी बिजनेस ही नहीं चलना चाहिए क्या ਲੋਕ ਸਭਾ ਨੇ ਅੱਜ ਸ਼ੋਸ਼ਟਾਵੇ ਵਿਚਾਲੇ ਕਈ ਬਿੱਲਾਂ ਨੂੰ ਆਪਣੀ ਪ੍ਰਵਾਨਗੀ ਦਿੱਤੀ ਸਦਨ ਨੇ ਰਾਸ਼ਟਰੀ ਨਰਸਿੰਗ ਅਤੇ ਮਿਡਵਾਈਫਰੀ ਕਮਿਸ਼ਨ ਬਿੱਲ 2023 ਨੂੰ ਪਾਸ ਕਰ ਦਿੱਤਾ ਹੈ ਇਹ ਬਿੱਲ ਨਰਸਿੰਗ ਅਤੇ ਮਿਡਵਾਈਫਰੀ ਪੇਸ਼ੇਵਾਰਾਂ ਲਈ ਸਿੱਖਿਆ ਅਤੇ ਸੇਵਾ ਮਾਨਕਾਂ ਦੇ ਰੈਗੂਲੇਸ਼ਨ ਦਾ ਪ੍ਰਬੰਧ ਕਰੇਗਾ ਸਦਨ ਨੇ ਰਾਸ਼ਟਰੀ ਦੰਦ ਆਯੋਗ ਬਿਲ 2023 ਨੂੰ ਵੀ ਪਾਸ ਕਰ ਦਿੱਤਾ ਇਸ ਦਾ ਮੰਤਵ ਦੇਸ਼ ਵਿੱਚ ਦੰਦ ਚਿਕਿਤਸਾ ਵਪਾਰ ਨੂੰ ਨਿਯਮਿਤ ਕਰਨਾ ਤੇ ਗੁਣਵੱਤਾ ਪੂਰਨ ਤੇ ਕਫਾਇਤੀ ਦੰਦ ਚਿਕਿਤਸਾ ਸੇਵਾ ਉਪਲਬਧ ਕਰਵਾਉਣਾ ਹੈ ਇਹ ਦੋਵੇਂ ਬਿਲ ਕੇਂਦਰੀ ਸਿਹਤ ਤੇ ਭਰਵਾਲ ਪਾਈ ਮੰਤਰੀ ਡਾਕਟਰ ਮਾਨਸੂਖ ਮਾਂਡਵਿਆ ਵੱਲੋਂ ਪੇਸ਼ ਕੀਤੇ ਗਏ ਸਨ ਸ਼ੋਸ਼੍ਰਾਬੀ ਵਿਚਾਲੇ ਇਹਨਾਂ ਨੂੰ ਬਿਨਾਂ ਕਿਸੇ ਚਰਚਾ ਦੇ ਪਾਸ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਭਾਰਤੀ ਪ੍ਰਬੰਧਨ ਸੰਸਥਾਨ ਸੋਧ ਬਿਲ 2023 ਨੂੰ ਸਦਨ ਵਿੱਚ ਪੇਸ਼ ਕੀਤਾ ਲੋਕ ਸਭਾ ਨੇ ਅੱਜ ਖਾਣਾ ਅਤੇ ਖਣਿਜ ਵਿਕਾਸ ਅਤੇ ਨਿਯਮ ਸੋਧ ਬਿਲ 2023 ਨੂੰ ਵੀ ਪ੍ਰਵਾਨਗੀ ਦਿੱਤੀ ਖਣਨ ਖੇਤਰ ਨੂੰ ਨਿਯਮਿਤ ਕਰਨ ਵਾਲੇ ਸਬਿਲ ਵਿੱਚ ਖਾਣਾ ਤੇ ਖਣਿਜ ਕਾਨੂੰਨ 1957 ਵਿੱਚ ਸੋਧ ਹੋ ਜਾਵੇਗੀ ਬਿਲ ਮੁਤਾਬਕ 29 ਖਣਿਜਾਂ ਦੀ ਖੋਜ ਲਈ ਲਾਇਸੈਂਸ ਜਾਰੀ ਕੀਤੇ ਜਾਣਗੇ ਜਿਨ੍ਹਾਂ ਵਿੱਚ ਸੋਨਾ, ਚਾਂਦੀ, ਕਾਂਸਾ, ਕੋਬਾਲਟ, ਨਿਕਲ, ਸੀਸਾ, ਪੋਟਾਸ਼ ਵੀ ਸ਼ਾਮਲ ਨੇ ਕੇਂਦਰੀ ਕੋਲਾ ਅਤੇ ਖਾਣ ਮੰਤਰੀ ਪ੍ਰਲਾਦ ਜੋਸ਼ੀ ਵੱਲੋਂ ਇਹ ਬਿਲ ਪੇਸ਼ ਕੀਤਾ ਗਿਆ ਸੀ विश्व हेपेटाइटिस दिवस स्मॉकी आज इस संसद कॉम्प्लेक्स विच जागरूकता प्रोग्राम दा आयोजन कीता गया इस मौके केंद्र सेबी पर स्वास्थ्य मंत्री डॉ मानसुख मांडविया ते लोकसभा दे स्पीकर ओम बिरला समेत कई माहिर मौजूद सन लोकसभा दे स्पीकर ओम बिरला ने लोकां नु अपनी सेहत प्रति जागरूक रहन ले केहा ते हेपेटाइटिस वर्ग दी बीमारियां नाल लडन दी सोच चुकाई डॉ मानसुख मांडविया ने केहा कि हेपेटाइटिस एक रोकथाम कीते जान वाली बीमारी उना एक खुशहाल राष्ट्र बनावन ले सारेया नु तंदुरुस्त रहन दा सततता दोस्तों मैं मानता हूं कि शरीर का सारा रोग का मूल कोई है और जहां से रोग स्टार्ट होता है वो लीवर है लीवर को हम तंदुरुस्त रखे हम तंदुरुस्त रहेंगे और तंदुरुस्त नागरिक तंदुरुस्त समाज का निर्माण करेगा तंदुरस्त समाज समृद्ध राष्ट्र का निर्माण कर पाएगा दोस्तों समृद्ध राष्ट्र बनाना है तो हमें स्वयं को तंदुरुस्त रहना होगा ये भी मैं मानता हूं कि नेशन के प्रति हमारा कर्तव्य है देश की नवी सिक्ख्या नीति लागू होने के तीन वरे कल पूरे हो रहे हैं राष्ट्रीय सिक्ख्या नीति का ऐलान उन्ती जुलाई दो हज़ार भी गया ਕੇਂਦਰੀ ਸਿੱਖਿਆ ਮੰਤਰੀ ਤਰਮੇਂਦਰ ਪ੍ਰਧਾਨ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਅਧੀਨ ਪਿਛਲੇ 3 ਸਾਲਾਂ ਵਿੱਚ ਦੇਸ਼ ਦੀ ਸਿੱਖਿਆ ਪ੍ਰਣਾਲੀ ਵਿੱਚ ਹੋ ਰਹੀਆਂ ਤਬਦੀਲੀਆਂ ਨੂੰ ਲੈ ਕੇ 2 ਦਿਨਾ ਅਕਲ ਭਾਰਤੀ ਸਿੱਖਿਆ ਸਮਾਗਮ ਨਵੀਂ ਦਿੱਲੀ ਵਿੱਚ ਪਲਕ ਤੋਂ ਆਯੋਜਿਤ ਕੀਤਾ ਜਾ ਰਿਹਾ ਹੈ ਇੱਕ ਵੀਡੀਓ ਸੁਨੇਹੇ ਵਿੱਚ ਸਿੱਖਿਆ ਮੰਤਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮਾਗਮ ਦਾ ਉਦਘਾਟਨ ਕਰਨਗੇ ਉਹਨਾਂ ਨੇ ਦੇਸ਼ ਤੇ ਉਜਵਲ ਭਵਿੱਖ ਲਈ ਸਾਰਿਆਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ When Sri Narendra Modiji assumed responsibility as our Prime Minister, he dreamt of transforming India's education system into a global powerhouse knowledge for the 21st century. With our 26 crore school going children and over four crore students in higher education institutes, India's education system is one of the largest in the world. After active public stakeholder participation, the government of India, under the dynamic leadership of Sir Narendra Modiji,

अगर मैं अपने यूनिवर्सिटी के दिनों की बात याद करूं यूनिवर्सिटी के समय उस जमाने में पुरानी एजुकेशन पॉलिसी के तहत यूनिवर्सिटी अपनी एक साइलो में रहती थी इंडस्ट्री अपनी एक अलग साइलो में रहती थी दोनों के बीच में जुड़ाव नहीं हो पाता था हम लोग की इतनी इच्छा होती थी कि जो सर्किट हम डिज़ाइन करते थे उस सर्किट को कहीं पे इंडस्ट्री में टेस्ट कर सके लेकिन वैसी फैसिलिटी नहीं मिलती थी अब न्यू एजुकेशन पॉलिसी से एक बहुत बड़ी चीज़ आई है

ਹੁਣ ਵਿਦਿਆਰਥੀ 10ਵੀਂ ਤੋਂ ਬਾਅਦ ਆਰਟਸ ਸਾਇੰਸ ਜਾਂ ਕਾਮਰਸ ਦੀ بجائے ਆਪਣੀ ਰੁਚੀ ਅਨੁਸਾਰ ਵਿਸ਼ੇ ਚੁਣ ਸਕਦੇ ਹਨ ਜੀ ਹਾਂ ਸਟ੍ਰੀਮ ਸਿਸਟਮ ਨੂੰ ਹਟਾ ਕੇ ਮਲਟੀ ਸਬਜੈਕਟ ਦਾ ਸਿਸਟਮ ਅਪਣਾ ਲਿਆ ਗਿਆ ਹੈ ਜਿਸ ਵਿੱਚ ਵਿਦਿਆਰਥੀ ਇੱਕ ਕਾਮਰਸ ਪੜਨ ਵਾਲਾ ਵਿਦਿਆਰਥੀ ਹੁਣ ਨਾਨ ਮੈਡੀਕਲ ਦਾ ਮੈਥਸ ਪੜ ਸਕਦਾ ਹੈ ਜਾਂ ਆਰਟਸ ਲੈਣ ਵਾਲਾ ਵਿਦਿਆਰਥੀ ਹੁਣ ਐਡੀਸ਼ਨਲ ਸਾਈਕੋਲੋਜੀ ਵੀ ਪੜ ਸਕਦਾ ਹੈ ਪਾਕਿਸ਼ਤਾਨੀ ਵਿਦਿਆਰਥੀ ਕਹਿੰਦੀ ਹੈ ਕਿ ਜਦੋਂ ਅਸੀਂ ਇਨਾ ਕੌਸਨਾਂ ਖੇਤਰੀ ਸਾਰਪਕੋਪਰਲੇ ਸਤ ਦੇ ਉੱਪਰ ਲਾਗੂ ਕਰਦੇ ਆ ਤਾਂ ਇਸ ਦੇ ਰਾਹ ਜਿਹੜਾ ਸਥਾਨਕ ਅਤੇ ਭਾਰਤੀ ਪਾਠਕ੍ਰਮ ਜਿਹੜਾ ਆ ਉਹ ਮਜ਼ਬੂਤ ਬਣਦਾ ਆ ਜਦੋਂ ਸਿੱਖਿਆ ਨੂੰ ਅਸੀਂ ਇਸ ਤਰ੍ਹਾਂ ਦਾ ਆਧਾਰ ਦਿੰਨੇ ਆ ਤਾਂ ਯਕੀਨਨ ਤੌਰ ਤੇ ਵਿਦਿਆਰਥੀਆਂ ਲਈ ਰਚਨਾਤਮਕਤਾ ਅਤੇ ਨਵੇਂ ਵਿਚਾਰਾਂ ਨੂੰ ਪੇਸ਼ ਕਰਨ ਦਾ ਮੌਕਾ ਮਿਲਦਾ ਇਸ ਨੀਤੀ ਦਾ ਉਦੇਸ਼ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਦੇ ਨਾਲ ਨਾਲ ਉਹਨਾਂ ਦੀ ਜਿਸ ਵੀ ਵਿਸ਼ੇ ਦੇ ਵਿੱਚ ਦਿਲਚਸਪੀ ਹੈ ਉਸ ਵਿੱਚ ਉਹਨਾਂ ਨੂੰ ਸਿਖਲਾਈ ਦੇਣਾ ਹੈ ਹੁਣ ਵਿਦਿਆਰਥੀ ਕਿਤਾਬਾਂ ਦੇ ਬੋਝ ਥੱਲੇ ਨਹੀਂ ਦੱਬਣਗੇ ਬਲਕਿ ਉਹ ਆਪਣੀ ਪਸੰਦ ਦਾ ਵਿਸ਼ਾ ਚੁਣ ਕੇ ਆਪਣੀ ਪ੍ਰਤਿਭਾ ਦਾ ਲੋਹਾ ਸਮਾਜ ਦੇ ਵਿੱਚ ਮਨਾਉਣਗੇ ਮੈਨੂੰ ਲੱਗਦਾ ਹੈ ਕਿ ਹੁਣ 3 ਆਵਰਸ ਆਫ ਲਰਨਿੰਗ ਨਹੀਂ ਹੈਗੇ ਰੀਡਿੰਗ ਰਾਈਟਿੰਗ ਔਰ ਅਰਿਥਮੈਟਿਕ ਨਹੀਂ ਹੈਗੀ ਇਹਦੇ ਨਾਲ 3 ਆਰ ਹੋਰ ਜੁੜ ਗਏ ਨੇ ਉਹ ਹੈ ਰਿਜ਼ੀਲੀਅੰਸ ਰਿਲੇਸ਼ਨਸ਼ਿਪ ਬਿਲਡਿੰਗ ਐਂਡ ਰਿਸਪੌਂਸਿਬਿਲਟੀ ਟੇਕਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਂਦੇ ਐਤਵਰਤੀ 20 ਜੁਲਾਈ ਨੂੰ ਸਵੇਰੇ 11 ਵਜੇ ਆਕਾਸ਼ਵਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਤੇ ਲੋਕਾਂ ਨਾਲ ਆਪਣੇ ਵਿਚਾਰ ਸਾਂਝਾ ਕਰਨਗੇ ਇਸ ਮਾਸਿਕ ਰੇਡੀਓ ਪ੍ਰੋਗਰਾਮ ਦੀਖਤਨ ਵੀ ਕੜੀ ਹੋਵੇਗੀ ਕਿ ਮਨ ਕੀ ਬਾਤ ਦਾ ਪ੍ਰਸਾਰਣ ਆਕਾਸ਼ਵਣੀ ਤੇ ਦੂਰਦਰਸ਼ਨ ਦੇ ਸਮੁੱਚੇ ਨੈਟਵਰਕ ਤੇ ਪ੍ਰਸਾਰਿਤ ਹੋਵੇਗਾ ਇਹ ਆਕਾਸ਼ਵਣੀ ਦੂਰਦਰਸ਼ਨ ਤੇ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਦੇ YouTube ਚੈਨਲ ਉੱਪਰ ਵੀ ਸਿੱਧਾ ਪ੍ਰਸਾਰਿਤ ਹੋਵੇਗਾ ਨਿੱਜੀ ਚੈਨਲ ਵੀ ਮਨ ਕੀ ਬਾਤ ਦਾ ਸਿੱਧਾ ਪ੍ਰਸਾਰਣ ਕਰਨਗੇ ਹਿੰਦੀ ਵਿੱਚ ਪ੍ਰਸਾਰਣ ਦੇ ਫੋਰਨ ਪਾਦਰ ਆਕਾਸ਼ਵਣੀ ਤੇ ਦੂਰਦਰਸ਼ਨ ਤੋਂ ਖੇਤਰੀ ਭਾਸ਼ਾਵਾਂ ਵਿੱਚ ਵੀ ਮਨ ਕੀ ਦਾ ਪਰਸਾਰਣ ਹੋਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਿੱਖਿਆ ਵਿਭਾਗ ਵਿੱਚ 12710 ਠੇਕਾਦਾਰੀ ਤਹਤੇ ਆਪਕਾ ਨੂੰ ਰੈਗੂਲਰ ਨਿਯੁਕਤੀ ਦੇ ਪੱਤਰ ਸੌਂਪੇ। ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਹੋਏ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਅਧਿਆਪਕ ਵਰਗ ਨੂੰ ਦਰਪੇਸ਼ ਹਰ ਮੁੱਦੇ ਦੇ ਹੱਲ ਲਈ ਉਹ ਹਮੇਸ਼ਾ ਮੌਜੂਦ ਨੇ। ਉਨ੍ਹਾਂ ਕਿਹਾ ਕਿ ਇਸ ਫੈਸਲੇ ਦਾ ਮੰਤਵ ਅਧਿਆਪਕਾਂ ਦੇ ਸਟ੍ਰੈਕਚਰਡ ਭੁਗਤ ਨੂੰ ਯਕੀਨੀ ਬਣਾਉਣਾ ਹੈ ਕਿਉਂਕਿ ਉਨ੍ਹਾਂ ਦਾ ਵਿਸ਼ਵਾਸ ਸੀ ਕਿ ਜੇ ਅਧਿਆਪਕਾਂ ਦਾ ਭੁਗਤ ਸੁਰੱਖਿਅਤ ਹੋਵੇਗਾ ਤਾਂ ਹੀ ਉਹ ਵਿਦਿਆਰਥੀਆਂ ਦੀ ਕਿਸਮਤ ਨੂੰ ਬਦਲ ਸਕਣਗੇ। ਮਾਨ ਨੇ ਕਿਹਾ ਕਿ ਸੂਬਾ ਸਰਕਾਰ ਜਲਦੀ तरीके थे इसलिए 20000 विद्यार्थियों के लिए पायलट प्रोजेक्ट शुरू किया जावेगा समागम ਨੂੰ ਹੋਣਾ ਤੋਂ ਇਲਾਵਾ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵੀ ਸੰਬੋਧਨ ਕੀਤਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਪਲਕਾਰ ਸਿੰਘ ਵਲੋਂ ਨਗਰ ਨਿਗਮਾਂ ਦੇ ਅਹਿਮ ਮਾਮਲਿਆਂ ਸੰਬੰਧੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਮੀਟਿੰਗ ਦੌਰਾਨ ਵੱਖ-ਵੱਖ ਵਿਕਾਸ ਕਾਰਜਾਂ ਤੇ ਲੋਕ ਭਲਾਈ ਯੋਜਨਾਵਾਂ ਦਾ جائزہ ਲਿਆ ਗਿਆ ਚੰਡੀਗੜ੍ਹ ਵਿੱਚ ਹੋਈ ਇਸ ਮੀਟਿੰਗ ਵਿੱਚ ਬਲਕਾਰ ਸਿੰਘ ਨੇ ਨਗਰ ਨਿਗਮਾ ਦੇ ਅਧਿਕਾਰੀਆਂ ਨੂੰ ਹਦਾਇਤ ਦੇਂਦਿਆਂ ਕਿਹਾ ਕਿ ਉਹਨਾਂ ਦੇ ਸਬੰਧਿਤ ਖੇਤਰਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਗੈਰਕਾਨੂੰਨੀ ਉਸਾਰੀ ਨਹੀਂ ਹੋਣੀ ਚਾਹੀਦੀ ਉਹਨਾਂ ਅਧਿਕਾਰੀਆਂ ਨੂੰ ਸੂਬੇ ਦੇ ਸਮੂਹ ਜ਼ਿਲ੍ਹਿਆਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਮਿੱਥੇ ਸਮੇਂ ਤੇ ਸਹੀ ਗੁਣਵੱਤਾ ਨਾਲ ਮੁਕੰਮਲ ਕਰਨ ਦੀ ਯਕੀਨੀ ਬਣਾਉਣ ਲਈ ਕਿਹਾ ਉਹਨਾਂ ਨੇ ਸੂਬਾ ਸਰਕਾਰ ਦੀ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨੂੰ ਦੁਹਰਾਇਆ ਮੀਟਿੰਗ ਵਿੱਚ ਸਥਾਨਕ ਸਰਕਾਰਾਂ ਵਿਭਾਗ ਦੇ ਸਕਤਰ ਅਜੋਏ ਸ਼ਰਮਾ, ਇਸ਼ਾ ਕਾਲਿਆ ਡਾਇਰੈਕਟਰ ਉਮਰ ਸ਼ੰਕਰ ਗੁਪਤਾ ਅਤੇ ਵ ਸਨ ਬਾਬਾ ਬਨਾਦੀ ਦਰਸ਼ਨਾਂ ਲਈ ਤੀਰਥ ਯਾਤਰੀਆਂ ਵਿੱਚ ਕਾਫੀ ਉਤਸ਼ਾਹ ਹੈ ਤੇ ਯਾਤਰਾ ਨੇ ਇੱਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ ਹੁਣ ਤੱਕ 369000 ਤੋਂ ਵੱਧ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਨੇ ਇਹ ਗਿਣਤੀ ਪਿਛਲੇ ਸਾਲ ਇਸੇ ਸਮੇਂ ਦੌਰਾਨ ਦਰਸ਼ਨ ਕਰਨ ਵਾਲੇ 365721 ਸ਼ਰਧਾਲੂਆਂ ਦੇ ਮੁਕਾਬਲੇ ਵਾਧੇ ਇਸ ਦੌਰਾਨ ਜੰਮੂ ਅਧਾਰ ਕੈਂਪ ਤੋਂ 2100 ਸ਼ਰਧਾਲੂਆਂ ਦਾ 26 ਮਾਜਾ ਥਾ ਬਲਟਾਲ ਤੇ ਪੈਲਗਾਮ ਮੁਡਲੀ ਕੈਂਪਾਂ ਲਈ ਰਵਾਨਾ ਹੋਇਆ ਦੱਖਣੀ ਕਸ਼ਮੀਰ ਵਿੱਚ 3888 ਮੀਟਰ ਦੀ ਉਚਾਈ ਤੇ ਸਥਿਤ ਪਵਿੱਤਰ ਗੁਫਾ ਦੇ ਦਰਸ਼ਨਾਂ ਲਈ ਪੈਲਗਾਮ ਤੇ ਬਲਟਾਲ ਰਸਤੇ ਤੋਂ ਵਾਟ ਦੇ ਇਸ ਲਾਨਾ ਤਿਰਥ ਯਾਤਰਾ 1 ਜੁਲਾਈ ਨੂੰ ਸ਼ੁਰੂ ਹੋਈ ਸੀ ਅਤੇ ਇਹ ਯਾਤਰਾ 31 ਅਗਸਤ ਨੂੰ ਸੰਪੰਨ ਹੋਵੇਗੀ। ਤੇ ਦਿਨਾਂ ਲਈ ਖਬਰਾਂ ਦੇ ਬਲੇਟਨ ਖਤਮ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ।